ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਆ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਜੋ ਬਾਸਮਤੀ 1509 ਆ ਰਹੀ ਹੈ ਮਾਰਕੀਟ ਵਿੱਚ ਤੇ ਉਸ ਦੇ ਹੁਣ ਕੀ ਰੇਟ ਚੱਲ ਰਹੇ ਨੇ ਕੀ ਰੇਟ ਹੁਣ ਥੱਲੇ ਨੂੰ ਆ ਗਏ ਕਿ ਹੋਰ ਉੱਪਰ ਨੂੰ ਜਾ ਰਹੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਰੇਟ ਦੀ ਸੰਭਾਵਨਾ ਹੋ ਸਕਦੀ ਆ ਤੇ ਬਾਸਮਤੀ ਦਾ ਕੀ ਝਾੜ ਆ ਰਿਹਾ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਵੱਖ-ਵੱਖ ਮੰਡੀਆਂ ਦੇ ਰੇਟਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੇ ਤੁਸੀਂ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਖੇਤੀਬਾੜੀ ਦੇ ਸਬੰਧ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਹਾਂਜੀ ਕਿਸਾਨ ਭਰਾਵੋ ਤੁਹਾਡੇ ਨਾਲ ਪੋਸਟਰਾਂ 'ਈ ਵੀ ਰੇਟ ਸਾਂਝੇ ਕਰਦੇ ਰਹਿੰਨੇ ਆ ਪਰ ਅੱਜ ਵੀਡੀਓ ਦੇ ਰੂਪ ਵਿੱਚ ਸਾਂਝੇ ਕਰ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਮਜੀਠਾ ਮੰਡੀ ਵਿੱਚ 3100 ਤੋਂ ਲੈ ਕੇ 3400 ਰੁਪਏ ਤੱਕ ਭਾਅ ਚੱਲ ਰਿਹਾ ਜੀ ਤੇ ਇਸ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਵਿਖੇ ਹੈ ਗਿਆ ਜੀ 2900 ਤੋਂ ਲੈ ਕੇ 3500 ਰੁਪਏ ਤੱਕ ਤੇ ਕੋੜਗਪੂਰਾ ਮੰਡੀ ਵਿੱਚ 3300 ਤੋਂ ਲੈ ਕੇ 3585 ਰੁਪਏ ਤੱਕ ਤੇ ਝੰਡੇ ਵਾਲਾ ਗੁਰੂ ਮੰਡੀ ਵਿੱਚ 3000 ਤੋਂ ਲੈ ਕੇ 3580 ਰੁਪਏ ਤੱਕ ਚੱਲ ਰਿਹਾ ਜੀ ਰੇਟ ਤੇ ਅੱਗੇ ਤਰਨਤਾਰਨ ਸਾਹਿਬ ਵਿਖੇ ਚੱਲ ਰਿਹਾ ਜੀ 3150 ਤੋਂ ਲੈ ਕੇ 3580 ਰੁਪਏ ਇਸ ਤੋਂ ਬਾਅਦ ਆ ਜਾਂਦਾ ਜੀ ਨੌਰੀ ਮੰਡੀ ਵਿੱਚ ਚੱਲ ਰਿਹਾ ਜੀ 3300 ਤੋਂ ਲੈ ਕੇ 3625 ਰੁਪਏ ਫਰੀਦਕੋਟ ਵਿਖੇ ਚੱਲ ਰਿਹਾ ਜੀ 3725 ਰੁਪਏ ਤੇ ਇਸ ਤੋਂ ਬਾਅਦ ਆ ਜਾਂਦਾ ਜੀ ਮੰਡੀ ਭਲਾੜਾ ਵਿੱਚ ਚੱਲ ਰਿਹਾ ਜੀ 3390 ਰੁਪਏ ਜਿੱਥੇ ਆਪਾਂ ਵਾਸਪਤੀ ਹੱਥੀ ਝਾੜੀ ਵੀ ਉੱਥੇ 100 200 ਰੁਪਏ ਆਪਾਂ ਨੂੰ ਹਰੇਕ ਮੰਡੀ ਵਿੱਚ ਰੇਟ ਵੱਧ ਦੇਖਣ ਨੂੰ ਮਿਲ ਰਿਹਾ ਕੰਬਾਈਨ ਦੇ ਮੁਕਾਬਲੇ ਤਿੰਨ ਨਰੇਲਾ ਮੰਡੀ ਹਰਿਆਣਾ ਵਿੱਚ ਚੱਲ ਰਿਹਾ ਜੀ 3725 ਰੁਪਏ ਹੱਥ ਵਾਲੀ ਦਾ ਤੇ 3571 ਰੁਪਏ ਮਸ਼ੀਨ ਦੀ ਕਟਾਈ ਕੀਤੀ ਵੀ ਆ ਤੋਂ ਬਾਅਦ ਆਪਾਂ ਜੇ ਝਾੜ ਦੀ ਗੱਲ ਕਰੀਏ ਤਾਂ ਹਰੇਕ ਮੰਡੀ ਵਿੱਚ 47 48 ਮਨ ਤੋਂ ਲੈ ਕੇ 55 56 ਮਨ ਦੀ ਐਵਰੇਜ ਪੈ ਰਹੀ ਆ ਤੇ ਬਾਕੀ ਮੈਂ ਇੱਕ ਦੋ ਜਾਣਕਾਰੀਆਂ ਸਾਂਝੀਆਂ ਹੋਰ ਕਰਨਾ ਚਾਹੁੰਦਾ ਕਿ ਆਪਦੀ ਬਾਸਮਤੀ ਦੀ ਚੰਗੀ ਤਰੀਕੇ ਨਾਲ ਸੰਭਾਲ ਕਰੀਏ ਜਿਹੜੇ ਪੈਸਟੀਸਾਈਡ ਬੈਨ ਕੀਤੇ ਵਹਿ ਗਏ ਆ ਉਹਨਾਂ ਦੀ ਵਰਤੋਂ ਨਾ ਕਰੋ ਤੇ ਜੇ ਆਪਾਂ ਚੰਗੀ ਕੁਆਲਿਟੀ ਪੈਦਾ ਕਰਾਂਗੇ ਤਾਂ ਆਪਾਂ ਨੂੰ ਚੰਗਾ ਰੇਟ ਮਿਲ ਸਕਦਾ ਤੇ ਬਾਕੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜਰੂਰ ਕਰ ਦਿਆ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ